ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੱਲ ਕਰਦੇ ਅੱਜ ਮੈਂ ਇੱਕ ਅਖਬਾਰ ਦੇ ਵਿੱਚ ਖਬਰ ਪੜ੍ਹੀ ਉਹਦੇ ਵਿੱਚ ਲਿਖਿਆ ਹੋਇਆ ਸੀ ਨੇ 7000 ਭਾਰਤੀ ਨੇ ਦੇਸ਼ ਛੱਡਤਾ ਚਲੋ ਚੰਗਾ ਹੋਇਆ ਵੀ ਇੰਡੀਆ ਦੇ ਵਾਦੀਓ ਘਟਿਆ ਹੋਰ ਤਾਂ ਕੁਝ ਵੀ ਨਹੀਂ ਹੋਇਆ ਹੈਗਾ ਪਰ ਸੋਚਣ ਵਾਲੀ ਗੱਲ ਉਹਦੇ ਨਾਲ ਗੱਲ ਇੱਕ ਹੋਰ ਲਿਖੀ ਹੋਈ ਸੀ ਵੀ ਜੋ 7000 ਭਾਰਤੀ ਨੇ ਦੇਸ਼ ਛੱਡਿਆ ਕਰੋੜਾਪਤੀ ਬੰਦੇ ਨੇ ਛੱਡਿਆ ਕਿਸੇ ਆਮ ਬੰਦੇ ਗਰੀਬ ਬੰਦੇ ਨੇ ਨਹੀਂ ਛੱਡਿਆ ਹੈਗਾ ਕਰੋੜਾਪਤੀ ਬੰਦੇ ਨੇ ਆਪਣਾ ਦੇਸ਼ ਛੱਡਿਆ ਇੰਡੀਆ ਦਾ ਕਰੋੜਾ ਰੁਪਇਆ ਦੂਜੇ ਮੁਲਕਾਂ ਚਲੀ ਗਿਆ ਉਧਰੋਂ ਇੱਧਰ ਆਉਣਾ ਤੇ ਇੱਧਰੋਂ ਕਰੋੜਾ ਰੁਪਇਆ ਉਧਰ ਚਲੀ ਉਹਦੇ ਨਾਲ ਵੀ ਕਿੰਨਾ ਜਿਹੜਾ ਇੱਥੇ ਉਹਨਾਂ ਕਰੋੜਾਪਤੀ ਬੰਦਿਆਂ ਨੇ ਇੱਥੇ ਕਿੰਨੇ ਵੱਡੇ ਬਿਜ਼ਨਸ ਖੋਲੇ ਹੋਣੇ ਆ ਜਾਂ ਕੋਈ ਇੱਥੇ ਕਾਰੋਬਾਰ ਕਰਦੇ ਹੋਣੇ ਉੱਥੇ ਕਿੰਨਾ ਬੰਦਾ ਇੱਥੇ ਕੰਮ ਕਰਦਾ ਹੋਣਾ ਉਹਨਾਂ ਦੇ ਸਿਰ ਪਰ ਉਹ ਸਾਰਾ ਰੁਜ਼ਗਾਰ ਟੁੱਟਿਆ ਦੂਜੇ ਦੇਸ਼ਾਂ ਚਲੀ ਗਿਆ ਦੂਜੇ ਦੇਸ਼ ਕਾ ਇੱਥੋਂ ਕਾ ਤ ਗਿਆ ਕੋਈ ਕਾਰਨ ਕਿਸੇ ਨੇ ਲੱਭਣਾ ਹੈਗਾ ਵੀ ਕਿਉਂ ਇਹਨਾਂ ਨੇ ਦੇਸ਼ ਛੱਡਿਆ ਕੀ ਕਾਰਨ ਇੱਥੇ ਕਿਹੜੀ ਚੀਜ਼ ਦੀ ਕਮੀ ਸੀ ਜਿਹੜਾ ਉਹਨਾਂ ਨੇ ਇੱਥੇ ਆਪਣਾ ਇਹ ਦੇਸ਼ ਛੱਡ ਕਿਸ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਸੋਚਣ ਨਹੀਂ ਹੈ ਤਾਂ ਬਸ ਆਇਆ ਅਖਬਾਰ 'ਚ ਖਬਰ ਲੱਗੀ ਹੋਈ ਆ 7000 ਕਰੋੜ ਪਿੱਸੇ ਦਾ ਵੀ ਆਸਟ੍ਰੇਲੀਆ ਮਨ ਪਸੰਦ ਹੈ ਕਿਸ ਦਾ ਕੈਨੇਡਾ ਮਨ ਪਸੰਦ ਹੋਇਆ ਦੇਸ਼ ਕਿਸ ਦਾ ਯੂ ਐਸ ਏ ਹੋਇਆ ਅਖਬਾਰ 'ਚ ਖਬਰ ਲੱਗੀ ਕਿਸੇ ਨੂੰ ਕੋਈ ਮੁੱਦਾ ਨਹੀਂ ਹੈ ਕੋਈ ਲੈਣ ਦੇਣ ਕਿਸੇ ਨੂੰ ਹੋਇਓ ਨਹੀਂ ਮੈਂ ਕਹਿੰਦਾ ਵੀ ਜੇ ਆਪਣੇ ਇੱਥੇ ਇੰਡੀਆ ਵਿੱਚ ਐਦਾਂ ਵਧੀਆ ਕਾਨੂੰਨ ਹੋ ਜਾਣ ਵਧੀਆ ਸੜਕਾਂ ਹੋ ਜਾਣ ਜਿਹੜੇ ਕੈਨੇਡਾ ਅਮਰੀਕਾ ਜਾਂ ਹੋਰ ਕੰਟਰੀਆਂ ਵਿੱਚ ਐਡੇ ਬੜੇ-ਬੜੇ ਰਿਚ ਬੰਦੇ ਬੈਠੇ ਨੇ ਮੈਂ ਕਹਿੰਦਾ ਇੰਨਾ ਕੋਣੋ ਕੋਲ ਪੈਸਾ ਬੇ ਹਿਸਾਬਾ ਮੈਂ ਖੁਦ ਆਪ ਰਹਿ ਗਿਆ ਮੈਂ ਆਪ ਨੌਰਵਿਜ ਦੀ ਗੱਲ ਕਰਦਾ ਨੌਰਵਿਜ ਮੈਂ ਕਹਿੰਦਾ ਵੀ ਕਰੋੜਾ ਰੁਪਿਆ ਬੰਦੇ ਨੂੰ 8 8 9 9 ਕਰੋੜਾਂ ਕਰੋੜਾਂ ਰੁਪਏ ਦੇ ਘਰ ਪਏ ਉਹਨਾਂ ਕੋਲ ਜੋ ਉਹ ਸਾਰਾ ਕੁਝ ਵੇਚ ਕੇ ਉਹ ਸਾਰਾ ਪੈਸਾ ਤੇ ਆਪਣੀ ਇੰਡੀਆ ਚ ਆਜ ਮੈਂ ਕਹਿੰਦਾ ਆਪਣੀ ਪੰਜਾਬ ਜਾਂ ਇੰਡੀਆ ਵਰਗਾ ਦੇਸ਼ਨ ਹੋਵੇ ਨਾ ਰਿਚ ਹੋ ਜਵੇ ਉਹ ਸਭ ਦੇ ਛੱਡਣ ਨੂੰ ਤਿਆਰ ਬੈਠੇ ਜੇ ਇੱਥੇ ਵਧੀਆ ਬਰਵਾਸਤਾ ਹੋ ਜਵੇ ਬਈ ਇੱਥੇ ਦਾ ਬਸ ਮੈਂ ਕਹਿੰਦਾ ਵੀ ਬੰਦਾ ਮਰ ਜਵੇ ਕੁੱਤਾ ਮਰ ਜਵੇ ਇੱਕ ਬਰਾਬਰ ਹੈ ਸਹੀ ਗੱਲ ਹੈ ਜਾਂ ਮੈਨੂੰ ਕਮੈਂਟ ਚ ਦੱਸ ਦਿਓ ਇੱਥੇ ਇੱਥੇ ਕੋਈ ਨਹੀਂ ਪੁੱਛਦਾ ਕਿ ਉੱਥੇ ਬੰਦੇ ਦੀ ਕਦਰ ਤਾ ਉਹਨੇ ਦੇ ਛੱਡਿਆ ਉਹ ਬੰਦੇ ਜਾ ਕੇ ਦੇਖ ਕੇ ਆਏ ਕਿਦਾਂ ਸੜਕਾਂ 'ਤੇ ਕੋਈ ਕੋਈ ਹੋਰ ਨਹੀਂ ਕੋਈ ਟੀ ਨਹੀਂ ਪੈ ਨਹੀਂ ਤਾਂ ਛੱਡਿਆ ਹੁਣ ਕੀ ਆ ਹੁਣ ਤਾਂ ਸਮਝ ਨਹੀਂ ਆਉਂਦੀ ਕਿ ਕੋਈ ਕਿਸੇ ਨੂੰ ਲੈਣ ਦੇਣ ਨਹੀਂ ਹੈਗਾ ਤੇ ਵੀਡੀਓ ਕਿਦਾਂ ਲੱਗੀ ਕਮੈਂਟ ਜ਼ਰੂਰ ਦੱਸਿਓ ਕਮੈਂਟ ਤਾਂ ਜ਼ਰੂਰ ਕਰਦੇ ਕਰੋ ਤੇ ਲਾਈਕ ਵੀ ਕਰਦੇ ਕਰੋ ਸ਼ੇਅਰ ਵੀ ਕਰਦੇ ਕਰੋ ਇਹ ਜਣਾ ਵੀ ਆਪਣੇ ਨਾਲ ਬੰਦੇ ਜੁੜਨ ਤੇ ਆਪਾਂ ਹੋਰ ਕਹਾ ਤੇ ਗਾਂ ਇਦਾਂ ਦੀ ਗੱਲਾਂ ਕਰੇ ਕਰਾਂਗੇ ਪਰ ਖਤਮ ਮੈਂ ਵੀ ਇਵਨ ਸਾਡ ਵੀ ਘਰ ਚ ਪਲੈਨਿੰਗ ਚੱਲਦੀ ਹੋ ਮੇਰਾ ਬ੍ਰਦਰ ਵੀ ਕਹਿੰਦਾ ਵੇ ਇੱਥੋਂ ਅਸੀਂ ਮੂਵ ਹੋਣਾ ਹੌਲੀ ਹੌਲੀ ਪਰ ਆਪਾਂ ਇੱਥੇ ਛੱਡਣਾ ਵੀ ਵਧੀਆ ਦੇਸ਼ ਹੁਣ ਵਧੀਆ ਦੇਸ਼ ਕਿਤੇ ਚੱਲੀ ਹੁਣ ਇੱਥੇ ਸਮਝ ਤੁਹਾਨੂੰ ਪਤਾ ਹੀ ਹੁਣ ਕੀ ਆ ਇੱਥੇ ਹੁਣ ਪਹਿਲਾਂ ਦੱਸ ਚੁੱਕੇ ਹਾਂ ਬੰਦਾ ਮਰ ਜਵੇ ਕੁੱਤਾ ਮਰ ਜਵੇ ਇੱਕ ਬਰਾਬਰ ਹੈ ਕੋਈ ਲੇਨ ਦੇਣੀ ਹੈ ਕਿਸੇ ਨੂੰ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਬੂਮ